ਮਰਕਾ ਅੱਜ ਦਾ ਵਿਲਾਗ ਵਾ ਤਾਂ ਸਰੈਕੀ ਵਿੱਚ ਮੈਂ ਇਹ ਵਿਲਾਗ ਕਿਉਂ ਕਰਦਾ ਪਿਆ ਥੋੜ੍ਹਾ ਜਿਹਾ ਅੱਗੋਂ ਸੁਣ ਸੋ ਤਾਂ ਤੁਹਾਡੇ ਸਮਝ ਆਵੇ ਸੀ ਮੈਂ ਅੱਜ ਦਾ ਇਹ ਵਿਲਾਗ ਸਪੈਸ਼ਲ ਆਪਣੇ ਕਿਸਾਨ ਵੀਰਾਂ ਦੇ ਨਾਂ ਦੇ ਉੱਤੇ ਤੁਹਾਨੂੰ ਪਤਾ ਹੈ ਜਿਵੇਂ ਜੋ ਹੈ ਨਾ ਗਵਰਨਮੈਂਟ ਨੇ ਕਣਕ ਦੇ ਰੇਟ ਕੱਢੇ ਨੇ ਕਿਸਾਨ ਵੀਰਾਂ ਸਾਡੇ ਸ਼ਦੀਦ ਪਰੇਸ਼ਾਨ ਹੈ ਕਿਸਾਨਾਂ ਦੇ ਜਿਹੜੇ ਖਰਚੇ ਨੇ 3900 ਵਿੱਚ ਤਾਂ ਖਰਚੇ ਪੂਰੇ ਨਹੀਂ ਥਿੰਦੇ ਗਵਰਨਮੈਂਟ ਹੁਣ ਤਾਂ 3900 ਵਿੱਚ ਵੀ ਉਹ ਗਿਣਨ ਦੇ ਖਾਤਰ ਤਿਆਰ ਕਹਿੰਦੀ ਜਿਹੜੇ ਆੜ੍ਹਤੀ ਵਾਲੇ ਹਨ ਉਹ ਵਿਚਾਰੇ ਕਿਸਾਨ ਹੈ ਕਿ ਨੇ ਜ਼ਿਆਦਾ ਤੋਂ ਜ਼ਿਆਦਾ 3400-3500 ਵਿੱਚ ਜਾਂ 3200-3300 ਵਿੱਚ ਕਣਕ ਚਾਹੁੰਦੇ ਪੈਣ ਇਤਨੇ ਵਿੱਚ ਤਾਂ ਕਿਸਾਨ ਵੀਰਾਂ ਦੇ ਵਿਚਾਰਿਆਂ ਦੇ ਖਰਚੇ ਵੀ ਪੂਰੇ ਨਹੀਂ ਥਿੰਦੇ ਜਿਤਨਾ ਉਹ ਲਾਈ ਖੜੇ ਨਹੀਂ ਦਿੰਦੇ ਖਾਦ ਦੇ ਉੱਤੇ ਖਾਦ ਬਲੈਕ ਦੇ ਉੱਤੇ ਮਿਲਦੇ ਯੂਰੀਆ DAP ਵਗੈਰਾ ਉਹਦੇ ਇਲਾਵਾ ਪਾਣੀ ਦੇ ਖਰਚੇ ਡੀਜ਼ਲ ਦੇ ਖਰਚੇ ਬਿਜਲੀ ਦੇ ਬਿੱਲ ਇਹ ਸਾਰੇ ਚੀਜ਼ਾਂ ਮਿਲਾ ਕੇ ਤੁਹਾਨੂੰ ਵਿਚਾਰਿਆਂ ਦੇ ਖਰਚੇ ਵੀ ਨਹੀਂ ਨਿਕਲਦੇ ਪਏ ਉਤੋਂ ਮਜ਼ੀਦ ਸੋਨੇ ਤੇ ਸੁਹਾਗਾ ਕਿਆ ਸੀਗੇ ਹੁਣ ਇਹ ਟਾਈਮ ਤੁਹਾਡੇ ਸਾਹਮਣੇ ਉੱਤੇ ਮੌਸਮ ਦਾ ਸੂਰਤ ਹਾਲ ਇਹ ਪਿਆ ਦੇਖ ਹੀ ਲਓ ਇਹ ਟਾਈਮ ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੋਏ ਸਾਡੇ ਇਲਾਕੇ ਵਿੱਚ ਵੱਲਾ ਇੱਥੇ ਹੁਣ ਕਿਸਾਨ ਵਿਚਾਰੇ ਜਾਂ ਤਾਂ ਫਸਲ ਕਟੇਂਦੇ ਵਧਣ ਜਾਂ ਚਹਿੰਦੇ ਵਧਣ ਕੋਈ ਇਕੱਠਾ ਕਰਦੇ ਵਧਣ ਜਾਂ ਥ੍ਰੈਸ਼ਰ ਵਗੈਰਾ ਲੱਗੇ ਪੈਣ ਅਤੇ ਇਹ ਬਾਰਿਸ਼ਾਂ ਦੀ ਵਜ੍ਹਾ ਕਨੇ ਮਜ਼ੀਦ ਉਸ ਉਹਦੇ ਡਿਸਟਰਬ ਥਿੰਦੇ ਪੈਣ ਉਹ ਨਾ ਫਸਲ ਸਾਂਭ ਸਕੇ ਹਨ ਅਜਣ ਤੱਕ ਨਾ ਉਹ ਜੋ ਨਾ ਆਪਣੇ ਦਾਣੇ ਵਗੈਰਾ ਕਿੱਥੇ ਹੀ ਔਡਰ ਕਰ ਸਕੇ ਹਨ ਅਤੇ ਲਿਹਾਜ਼ਾ ਦੁਆ ਕਰੇ ਸੋ ਆਪਣੇ ਕਿਸਾਨ ਵੀਰਾਂ ਦੇ ਬਾਰੇ ਵਿੱਚ ਕਿਉਂਕਿ ਅਸਾਂ ਜਿਹੜੇ ਖਿੱਤੇ ਵਿੱਚ ਰਹਿੰਦੇ ਪੈਣਾ ਇੱਥੇ ਜ਼ਿਆਦਾਤਰ ਕਿਸਾਨ ਜਿਹੜੇ ਕਾਸ਼ਤਕਾਰੀ ਕਰਦੇ ਨੇ ਜਿਹਨਾਂ ਕੋਲ ਇਹ ਪਤਾ ਹੁੰਦਾ ਕਿ ਅਸਾਂ ਨਾ ਫਸਲ ਰਹਾ ਕੇ ਉਹਦੇ ਬਾਅਦ ਬਾਲਿਆਂ ਦੇ ਸ਼ਾਦੀਆਂ ਵੀ ਕਰਨੇ ਨੇ ਆਪਣਾ ਖਰਚਾ ਵੀ ਕੱਢਣਾ ਉਹਨਾਂ ਦੀ ਟੋਟਲ ਜਿਹੜੀ ਡਿਪੈਂਡੈਂਸੀ ਹੈ ਨਾ ਇਹ ਫਸਲ ਦੇ ਉੱਤੇ ਹੁੰਦੇ ਅਗਰ ਇਹ ਫਸਲ ਪਹਿਲੇ ਗਵਰਨਮੈਂਟ ਨੇ ਤਬਾਹ ਕੀਤੇ ਰੇਟ ਕੱਟ ਕੇ ਉਹਨੇ ਕੋਈ ਜੋ ਨਾ ਕਿਸਾਨੇ ਵਿਚਾਰੇ ਕੋ ਵੇਚ ਦਿੱਤੇ ਉਹਨਾਂ ਦੇ ਹੱਥੋਂ ਜਿਹੜੇ ਆੜ੍ਹਤੀ ਹਨ ਜਿਹੜੇ ਇਨਵੈਸਟਰ ਹਨ ਉਹਨਾਂ ਦੇ ਹੱਥੋਂ ਵੇਚ ਦਿੱਤੇ ਗਵਰਨਮੈਂਟ ਨੇ ਉਹਨਾਂ ਕੋ ਉਹਦੇ ਬਾਅਦ ਵਲਾ ਜੋ ਨਾ ਇਹ ਜਿਹੜੇ ਮੌਸਮੀ ਸਿਲਸਿਲਾ ਸ਼ੁਰੂ ਤੀ ਗਿਆ ਬਾਰਿਸ਼ਾਂ ਦਾ ਅੱਲਾਹ ਤਾਲਾ ਰਹਿਮ ਕਰੇ ਮੈਨੂੰ ਲੱਗਦਾ ਕਿ ਕਿਸਾਨ ਵੀਰਾਂ ਦੇ ਸ਼ਾਇਦ ਇਮਤਿਹਾਨ ਇਸ਼ਕ ਮੇ ਅਭੀ ਔਰ ਇਮਤਿਹਾਨ ਵੀ ਹੈ ਯਾਨੀ ਕਿ ਕਿਸਾਨ ਵੀਰਾਂ ਦੇ ਸ਼ਾਇਦ ਕੋਈ ਇਮਤਿਹਾਨਾਤ ਦੇ ਹਨ ਜੁਮਾ ਤੁਲ ਮੁਬਾਰਕ ਹੈ ਇਹਨਾਂ ਦੇ ਖਾਤਰ ਦੁਆ ਕਰੇ ਸੋ ਕਿ ਅੱਲਾਹ ਤਾਲਾ ਇਹਨਾਂ ਦੇ ਖਾਤਰ ਕਿਸਾਨ ਵੀਰਾਂ ਦੇ ਖਾਤਰ ਆਸਾਨੀਆਂ ਪੈਦਾ ਕਰੇ